ਤੇ ਜਿਵੇਂ ਹੁਣ ਬਾਹਰ ਜਾ ਵੜਦੇ ਆਮ ਜ਼ਿਮੀਂਦਾਰ ਬਾਹਰ ਜਾਂਦੇ ਆ ਪਿੰਡ ਵਾਲੇ ਤੋਂ ਕੀ ਬੀਜ ਲੈਣੇ ਆ, ਹਾਂ ਪਰ ਪਹਿਲਾਂ ਥੋੜੀ ਤਸੱਲੀ ਤਾਂ ਕਰਨੀ ਚਾਹੀਦੀ ਹੈ ਨਾ। ਤਸੱਲੀ ਕਰਨੀ ਚਾਹੀਦੀ, ਸਹੀ ਹਾਂ, ਗੱਲ ਆ। ਪੱਕੇ ਬਿੱਲ ਤੇ ਆਪਣੇ ਕੋਲ ਬੀਜ ਆ ਜਿਵੇਂ PB14-1, ਜੀ ਜਿਵੇਂ ਆਹ ਹੁਣ ਆ ਮਸ਼ੀਨਰੀ ਟ੍ਰੀਟਮੈਂਟ ਹੈ, ਠੀਕ ਹੈ ਜੀ, 1401। ਲਓ ਜੀ ਕਿਸਾਨ ਭਰਾਵੋ, ਤੁਹਾਡੇ ਵਾਸਤੇ ਅੱਜ ਸਪੈਸ਼ਲ ਵੀਡੀਓ ਲੈ ਕੇ ਆਇਆ। ਜਿਵੇਂ ਕਿ ਹੁਣ ਝੋਨੇ ਦੀ ਤਿਆਰੀ ਹੋ ਰਹੀ ਹੈ ਅਤੇ ਝੋਨੇ ਵਾਸਤੇ ਤੁਹਾਨੂੰ ਵਧੀਆ ਕੁਆਲਿਟੀ ਦੇ ਅਤੇ ਪੱਕੇ ਬਿੱਲਾਂ 'ਤੇ ਬੀਜ ਚਾਹੀਦੇ ਆ, ਅਤੇ ਬੀਜ ਆਪਣੇ ਪਿੰਡ ਭਲੂਰ ਸ਼ਿੰਦੇ ਵੀਰ ਕੋਲ ਨਾਥੇਵਾਲ ਦੇ ਅੱਡੇ 'ਤੇ ਅੱਜ ਮੈਂ ਆਇਆ। ਆਪਾਂ ਖੁਦ ਵੀ ਬੀਜ ਇਸ ਵੀਰ ਦੀ ਦੁਕਾਨ ਤੋਂ ਲੈ ਕੇ ਜਾਈਦੇ ਆ, ਅਤੇ ਇਸ ਵਾਰ ਜਿਹੜਾ ਆਪਾਂ ਕਣਕ ਦਾ ਬੀਜ ਬੀਜਿਆ ਸੀ 187 ਅਤੇ ਪੂਰਾ ਟੋਪ ਚੜਿਆ, ਅਤੇ ਵੀਰ ਕੋਲ ਉਹ ਹੀ ਬੀਜ ਹੋਣਗੇ। ਜੇ 131 ਆ ਤਾਂ 131 ਹੀ ਮਿਲੂਗਾ, ਫੁੱਲ ਗਰੰਟੀ ਆ। ਪੱਕੇ ਬਿੱਲ 'ਤੇ ਤੁਹਾਨੂੰ ਹਰ ਇੱਕ ਬੀਜ ਮਿਲੂਗਾ, 10% ਮਾਰਜਨ 'ਤੇ ਬੀਜ ਮਿਲਣਗੇ। ਬੀਜ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਵਧੀਆ ਕੰਪਨੀ ਅਤੇ ਵਧੀਆ ਕੁਆਲਿਟੀ ਦੇ ਪੱਕੇ ਬਿੱਲ 'ਤੇ, ਅਤੇ ਵੀਰ ਕੋਲ ਜਿਹੜਾ ਕਿ ਹੁਣ ਇਸ ਟਾਈਮ ਬਾਜ਼ਾਰ ਦੇ ਵਿੱਚ ਪੂਰੀ ਕਾਲਾ ਬਜ਼ਾਰੀ ਚੱਲ ਰਹੀ ਆ 131 ਝੋਨੇ ਦੀ ਕਿਸਮ ਦੇ, ਅਤੇ ਵੀਰ ਕੋਲ ਬਾਈ ਥੋੜ੍ਹਾ ਸਟੋਕ ਹੀ ਆ, ਅਤੇ ਛੇਤੀ ਛੇਤੀ ਤੁਸੀਂ 131 ਪੱਕੇ ਬਿੱਲ 'ਤੇ ਲਿਜਾ ਸਕਦੇ ਹੋ। ਬੀਜ ਦੀ ਫੁੱਲ ਗਰੰਟੀ ਹੋਊਗੀ ਵੀਰ ਦੀ, ਬੀਜ ਦਾ ਕੋਈ ਲਾਂਭਾ ਨਹੀਂ ਹੋਊਗਾ। ਆਪਣੀ ਵੀਡੀਓ ਸ਼ੇਅਰ ਕਰਕੇ ਜ਼ਰੂਰ ਵੀਰ ਕੋਲ ਆਇਆ ਜੋ, ਅਤੇ ਤੁਹਾਨੂੰ ਫੁੱਲ ਡਿਸਕਾਊਂਟ ਮਿਲੂਗਾ। ਅਤੇ ਆਜੋ ਵੀਰ ਨਾਲ ਵੀ ਕਰਦੇ ਹਾਂ ਗੱਲਬਾਤ, ਅਤੇ ਤੁਹਾਨੂੰ ਇੱਕ ਇੱਕ ਚੀਜ਼ ਬਿੱਲ ਬਾਰੇ ਅਤੇ ਬੀਜ ਬਾਰੇ ਦੱਸਣਗੇ ਵੀਰ ਜੀ। ਆਜੋ ਫਿਰ ਕਰਦੇ ਹਾਂ ਗੱਲਬਾਤ। ਹਾਂਜੀ ਵੀਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਣੇ ਕੋਲ ਹਰ ਇੱਕ ਤਰ੍ਹਾਂ ਦੇ ਬੀਜ ਹੈ ਐਤਕੀ, ਯਾਨੀ ਕਿ ਥੋੜ੍ਹਾ ਬੀਜਾਂ ਦਾ ਅੱਗੇ ਵੀ ਕੰਮ ਕਰਦੇ ਹਾਂ ਜੀ, ਅਤੇ ਐਤਕੀ ਥੋੜ੍ਹਾ ਜਿਹਾ ਅੱਗੇ ਵਧਾਇਆ ਕੰਮ ਆਪਾਂ ਜੀ ਜੀ। ਬਾਸਮਤੀ ਦੇ ਹਰ ਤਰ੍ਹਾਂ ਦੇ ਬੀਜ ਜੀ, ਟ੍ਰੀਟਮੈਂਟ ਅਨਟ੍ਰੀਟਮੈਂਟ ਜੀ, ਅਤੇ ਜਵਾਰ, ਮੱਕੀ, ਬਾਜਰਾ ਜੀ, ਇਹ ਤਾਂ ਸਾਰੇ ਹੈਗੇ ਹੈਗੇ ਆ। ਬਾਕੀ ਦੂਜੀ ਗੱਲ, ਆਪਣਾ 10% 'ਤੇ ਕੰਮ ਹੀ ਹੈ ਸਾਰਾ, ਠੀਕ ਆ, ਬੀਜਾਂ ਦਾ, ਠੀਕ ਹੈ ਜੀ। ਅਤੇ ਸਾਰੇ ਟ੍ਰੀਟਮੈਂਟ ਵਾਲੇ ਆ, ਪੱਕੇ ਬਿੱਲ 'ਤੇ ਆ ਜੀ, ਅਤੇ ਫੁੱਲ ਗਰੰਟੀ ਹੈ ਜੀ। ਮੰਨ ਲਓ ਜੇ ਕੋਈ ਆਪਾਂ ਪਿੰਡ 'ਚ ਬੈਠੇ ਹਾਂ ਜੀ, ਪਿੰਡੋਂ ਕੋਈ ਆਪਣਾ ਭੈਣ ਭਰਾ ਬੀਜ ਲਊਗਾ ਜੀ, ਤਾਂ ਤੁਹਾਨੂੰ ਫੜ ਲੈਂਦਾ ਆਪਾਂ ਨੂੰ, ਕੋਈ ਵੀ ਫਾਇਦਾ ਤੁਹਾਨੂੰ ਤੋਂ ਪੁੱਛ ਸਕਦੇ ਆਪਾਂ, ਪੁੱਛ ਸਕਦੇ ਹਾਂ ਜੀ ਜੀ। ਤੇ ਜਿਵੇਂ ਹੁਣ ਬਾਹਰ ਜਾ ਵੜਦੇ ਆਮ ਜ਼ਿਮੀਂਦਾਰ ਬਾਹਰ ਜਾਂਦੇ ਆ ਪਿੰਡ ਵਾਲੇ ਤੋਂ ਕੀ ਬੀਜ ਲੈਣੇ ਆ, ਹਾਂ, ਪਰ ਪਹਿਲਾਂ ਥੋੜੀ ਤਸੱਲੀ ਤਾਂ ਕਰਨੀ ਚਾਹੀਦੀ ਆ। ਤਸੱਲੀ ਕਰਨੀ ਚਾਹੀਦੀ, ਸਹੀ ਗੱਲ। ਪੱਕੇ ਬਿੱਲ 'ਤੇ ਆਪਣੇ ਕੋਲ ਬੀਜ ਆ ਜਿਵੇਂ PB14-1 ਜੀ, ਜਿਵੇਂ ਆਹ ਹੁਣ ਆ ਮਸ਼ੀਨਰੀ ਟ੍ਰੀਟਮੈਂਟ ਹੈ, ਠੀਕ ਹੈ ਜੀ, 1401 1401 3 ਕਿਲੋ ਪੈਕਿੰਗ 'ਚ ਆਹ ਹੱਥ ਨਾਲ ਟ੍ਰੀਟਮੈਂਟ ਹੋਇਆ, ਠੀਕ ਹੈ ਜੀ। ਤੇ ਜਿਹੜਾ 10 ਕਿਲੋ ਪੈਕਿੰਗ ਹੈ ਜੀ, ਉਹ ਬੀਜ ਉਹ ਹੀ ਆ, ਇਹ ਅਨਟ੍ਰੀਟਮੈਂਟ ਹੈ, ਠੀਕ ਆ। ਤੇ ਸਾਰੇ ਦੀ ਗਰੰਟੀ ਆਪਣੀ ਫੁੱਲ ਹੈ, ਸਾਰਿਆਂ ਦੇ ਪੱਕੇ ਬਿੱਲ, ਸਾਰਿਆਂ ਦੇ ਪੱਕੇ ਬਿੱਲ, ਪੱਕੇ ਬਿੱਲ ਤੋਂ ਬਗੈਰ ਕੋਈ ਵੀ ਇੱਕ ਵੀ ਚੀਜ਼ ਨਹੀਂ ਆਪਣੇ ਕੋਲ, ਪੂਰੀ ਫੁੱਲ ਗਰੰਟੀ ਵਾਲੀ ਗਰੰਟੀ ਆ ਜੋ ਕਿਹਾ ਹੋਈ ਹੋਣਾ ਚਾਹੀਦਾ। ਅੱਗੇ ਬਾਕੀ ਤੁਸੀਂ ਬੀਜ ਲੈ ਕੇ ਜਾਂਦੇ ਹੋ ਬਈ, ਮੈਂ ਵੀਰ ਤਾਂ ਬੀਜ ਲੈ ਕੇ ਜਾਂਦਾ, ਤੇ ਪੂਰਾ ਗਰੰਟੀ ਵਾਲਾ ਹੁੰਦਾ। ਪਿਛਲੇ ਸਾਲ ਆਪਾਂ ਕਣਕ ਦਾ ਬੀਜਿਆ ਸੀ 187, ਤੇ ਆਪਣਾ ਝਾੜ 65 ਮੰਨ ਲਓ ਛੂ ਗਿਆ ਪੂਰਾ, ਤੇ ਕਣਕ ਦਾ ਬੀਜ ਬਹੁਤ ਵਧੀਆ ਸੀ, ਤੇ ਮੈਂ ਵੀਰ ਤੋਂ ਹੀ ਇੱਥੋਂ ਬੀਜ ਲੈਂਦਾ, ਤੇ ਮੈਂ ਸਾਰੇ ਨਗਰ ਵਾਸੀਆਂ ਨੂੰ ਬੇਨਤੀ ਕਰਦਾ, ਤੇ ਬਾਕੀ ਜਿਹੜੇ ਵੀਡੀਓ ਦੇਖਦੇ ਆ ਸ਼ੇਅਰ ਕਰਕੇ ਜੇ ਆਓਗੇ ਤਾਂ ਵੀਰ ਪੂਰਾ ਤੁਹਾਨੂੰ ਡਿਸਕਾਊਂਟ ਵੀ ਦਊਗਾ ਦੇਵਾਂਗੇ, ਹਾਂ ਜ਼ਰੂਰ ਦਊਗਾ। ਤੇ ਵੀਡੀਓ ਸ਼ੇਅਰ ਕਰਕੇ ਜ਼ਰੂਰ ਆਓ, ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਉਹਨੂੰ ਸਿਰਫ 4% ਤੇ ਦੇਵਾਂਗੇ ਆਪਾਂ। ਲਓ ਜੀ ਵੀਡੀਓ ਸ਼ੇਅਰ ਕਰਕੇ ਬਈ 4% ਤੇ ਤੁਹਾਨੂੰ ਬੀਜ ਮਿਲੂਗਾ, ਬੀਜ ਤੁਹਾਨੂੰ ਪੱਕੇ ਬਿੱਲ ਤੇ ਮਿਲੂਗਾ, ਤੇ ਬਾਕੀ ਗਰੰਟੀ ਵੀ ਵੀਰ ਦੀ ਫੁੱਲ ਹੋਊਗੀ। ਤੇ ਹੋਰ ਕਿਹੜੇ ਕਿਹੜੇ ਬੀਜ ਆਪਣੇ ਕੋਲੇ, ਸਾਰੀ ਵੈਰਾਈਟੀ ਇੱਕ ਵਾਰੀ ਦੱਸ ਦਿਓ ਵੀ ਕਿਹੜਾ ਕਿਹੜਾ ਝੋਨਾ ਆਪਣੇ ਕੋਲ। PB1401 ਮੁੱਛਲ ਬਾਸਮਤੀ ਜੀ, 17-18 PB1718 ਜੀ, PB1885-1121 ਚ ਵਿੱਚੋਂ ਆਉਂਦੀ ਹੈ ਜਿਹੜੀ, ਠੀਕ ਹੈ ਜੀ, 1847 ਜੀ, ਤੇ 1509, ਠੀਕ ਆ, 1886 PB1886 ਜਿਹੜੀ ਮੁੱਛਲ ਦੇ ਵਿੱਚੋਂ ਆਉਂਦੀ ਹੈ, ਠੀਕ ਆ। ਤੇ ਝੋਨੇ ਦੇ ਵਿੱਚੋਂ ਆਪਣੇ ਕੋਲ ਹੈਗਾ PR131 ਝੋਨਾ, 131 ਜਿਹੜਾ ਅੱਜ ਕੱਲ ਬਲੈਕ ਚ ਚੱਲ ਰਿਹਾ, ਬਲੈਕ ਚੱਲ ਰਿਹਾ, ਹਾਂ। ਤੇ ਇਹਦਾ ਕਹਿੰਦੇ ਵੀ ਸਹੀ ਵੀ ਨਹੀਂ ਮਿਲ ਰਿਹਾ ਆਪਣੇ ਕੋਲ, ਜਮਾਂ ਸਹੀ ਮਿਲੂਗਾ, ਠੀਕ ਆ, ਫੁੱਲ ਗਰੰਟੀ 110%। ਲਓ ਬਈ ਵੀਰ ਕੋਲੇ ਜਿਹੜਾ 131 ਪਾਸੇ ਬਲੈਕ ਮਿਲ ਰਿਹਾ,
ਤੇ ਬਾਕੀ ਵੀਰ ਕੋਲੇ ਵਾਜਬ ਰੇਟ ਆ ਤੁਹਾਨੂੰ ਪਹਿਲਾਂ ਹੀ ਦੱਸਤੇ ਆ ਤੇ ਬੀਜ ਦੀ ਗਰੰਟੀ ਹੋਊਗੀ ਵੀ 131 ਹੀ ਹੋਊਗਾ, ਜਿਹੜੀ ਚੀਜ਼ ਦੇਵਾਂਗੇ ਉਹੀ ਨਿਕਲੂਗੀ ਬਸ। ਠੀਕ ਹੈ ਜੀ, ਲਓ ਜੀ ਤੁਹਾਨੂੰ ਆਮ ਜੇ ਜਾਓਗੇ ਸਸਤਾ ਜ਼ਰੂਰ ਮਿਲ ਜੂਗਾ, ਪਰ ਤੁਹਾਨੂੰ ਪੱਕਾ ਬਿੱਲ ਕਿਸੇ ਨੇ ਵੀ ਨਹੀਂ ਦੇਣਾ, ਤੇ ਆਪਣੇ ਪਿੰਡ ਬਈ ਭਲੂਰ ਸ਼ਿੰਦੇ ਵੀਰ ਕੋਲੇ ਜ਼ਰੂਰ ਤੁਸੀਂ ਇੱਕ ਵਾਰੀ ਕਨੈਕਟ ਕਰਿਓ, ਨੰਬਰ ਵੀ ਉੱਤੇ ਚੱਲੀ ਜਾਂਦਾ, ਐਡਰੈਸ ਵੀ ਚੱਲੀ ਜਾਂਦਾ, ਤੇ ਜ਼ਰੂਰ ਵੀਰ ਨਾਲ ਕਨੈਕਟ ਕਰਿਆ।